ਅਸੀਂ ਪੰਜਾਬ ਚੋਂ ਬਠਿੰਡੇ ਜ਼ਿਲ੍ਹੇ ਚੋਂ ਆਏ ਹਾਂ ਜੀ ਤੇ ਸਿੱਧੂ ਪਰ ਕਿਸਾਨ ਭਾਰਤੀ ਏਕਤਾ ਅਸੀਂ ਆਪਦੇ ਹੱਕਾਂ ਲਈ ਆਏ ਹਾਂ ਜੋ ਕਾਨੂੰਨ ਇਹਨੇ ਸਾਨੂੰ ਲਾਗੂ ਕਰੇ ਸੀਗੇ ਉਹ ਕਾਨੂੰਨਾਂ ਤੋਂ ਮੁੱਕਰ ਰਿਹਾ ਫੇਰ ਭੱਜ ਚੱਲਿਆ ਇਹ ਤਾਂ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਫੇਰ ਇੱਥੇ ਮਜ਼ਦੂਰ ਕਰਤਾ ਵੀ ਇਸ ਚੀਜ਼ ਲਈ ਹੁਣ ਜੇ ਸਾਡੇ ਹੱਕ ਸਾਨੂੰ ਮਿਲਣਗੇ ਤਾਂ ਚੱਲ ਅਸੀਂ ਵੀ ਵਾਪਸ ਵਗ ਜਾਂਗੇ ਜੇ ਸਾਡੇ ਨਾ ਹੱਕ ਇਹਨੇ ਵਾਪਸ ਕਰੇ ਤਾਂ ਅਸੀਂ ਦਿੱਲੀ ਕੂਚ ਕਰਾਂਗੇ ਵੱਡ ਤੋੜ ਕੇ ਜਾਵਾਂਗੇ ਜ਼ਰੂਰ ਅਮਰਜੀਤ ਕੌਰ ਬਠਿੰਡਾ ਬੀਕੇਯੂ ਏਕਤਾ ਸਿੱਧੂਪੁਰ ਜ਼ਿਲ੍ਹਾ ਆਗੂ ਜਿਹੜਾ ਹੈਗਾ ਸਾਨੂੰ ਜਦੋਂ ਦਿੱਲੀ ਮੋਰਚਾ ਪਹਿਲਾਂ ਲੱਗਿਆ ਸੀਗਾ ਉਦੋਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਸੀਗੀਆਂ ਤੇ ਉਹ ਤਕਰੀਬਨ 27 ਮਹੀਨੇ ਲੰਘ ਚੁੱਕੇ ਆ ਤੇ ਉਹਨਾਂ ਤੇ ਜਿਹੜਾ ਮੋਦੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਉਹਦੇ ਕਰਕੇ ਜਿਹੜਾ ਸਾਨੂੰ ਦੁਬਾਰੇ ਇਹ ਬਾਰਡਰਾਂ ਤੇ ਆਉਣਾ ਪਿਆ ਜਿਹੜੇ ਤੋਂ ਆਏ ਜੀ ਪਰਮਜੀਤ ਕੌਰ ਸਿੱਧੂਪੁਰ ਹਾਂ ਹਾਂਜੀ ਬਣੇ ਰਹਾਂਗੇ ਜੀ ਜਿੰਨਾ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮੰਗੀਆਂ ਹੋਣਗੀਆਂ ਮੰਗਾਂ ਸਾਡੀਆਂ ਪੂਰੀਆਂ ਕਰੇ ਬਾਰਡਰ ਬਣਾ ਰੱਖਿਆ ਪਾਕਿਸਤਾਨ ਦਾ ਬਣਾ ਛੱਡਿਆ ਬਾਰਡਰ ਜਿੱਥੇ ਪਾਕਿਸਤਾਨ ਹੈ ਉੱਥੋਂ ਨਸ਼ੇ ਆਉਂਦੇ ਉਹਨਾਂ ਨੂੰ ਤੇ ਇੱਕ ਬੰਦੇ ਨੂੰ ਨਹੀਂ ਰੋਕ ਸਕਦੇ ਸਾਨੂੰ ਇੰਨੀ ਦੁਨੀਆਂ ਨੂੰ ਮੇਰੇ ਵੀਰਾਂ ਨੂੰ ਹਾਲ ਖਰਾਬ ਕਰੀ ਜਾਂਦੇ ਆ ਸੜਕਾਂ ਦਾ ਕਿੰਨਾ ਮਾਹੌਲ ਖਰਾਬ ਕਰ ਛੱਡਿਆ ਉਹ ਵੀ ਸਾਡੇ ਬੱਚੇ ਆ ਇੰਨੇ ਆਪਦੇ ਦਿਲ ਤੇ ਹੱਥ ਰੱਖ ਕੇ ਦੇਖੇ ਅਸੀਂ ਮੇਰੇ ਸਾਡੇ ਵੀਰਾਂ ਦੇ ਭਰਾਵਾਂ ਦੇ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੇ ਅਸੀਂ ਇਹਨਾਂ ਤੋਂ ਮੂਹਰੇ ਜਾਵਾਂਗੇ ਗੋਲੀਆਂ ਆਪਦੇ ਸੀਨੇ ਚ ਖਾਵਾਂਗੇ ਪਰ ਸਾਡੀਆਂ ਮੰਗਾਂ 21 ਤਰੀਕ ਨੂੰ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ ਜੇ ਸਾਡੀ ਮੰਗ ਕਰਤੀ ਠੀਕ ਹੈ ਨਹੀਂ ਅਸੀਂ ਕੋਈ ਮੂਹਰੇ ਮੀਟਿੰਗ ਨਹੀਂ ਰੱਖਣੀ ਅਸੀਂ ਸਿੱਧੇ ਆਪ ਬਾਰਡਰ ਤੋੜ ਕੇ ਸਿੱਧੇ ਜਾਵਾਂਗੇ ਮਾਈ ਨੇਮ ਇਜ਼ ਸਗਨਪ੍ਰੀਤ ਪਦਾਰਥ ਖੇੜੇ ਤੋਂ ਆਇਆ ਵੀਰੇ ਸਾਨੂੰ ਸਾਡੇ ਹੱਕ ਚਾਹੀਦੇ ਆ ਅਸੀਂ ਐਵੇਂ ਬਾਰਡਰਾਂ ਤੇ ਪੰਜਾਬ ਨਾਲ ਲੜੇ ਰਵਾਂਗੇ ਅਸੀਂ ਹਰਿਆਣੇ ਚੋਂ ਆ ਪੰਜਾਬ ਸਾਡਾ ਭਰਾ ਹੈ ਅਸੀਂ ਆਪਦੇ ਹੱਕ ਮੰਗਦੇ ਆ ਸਾਡੇ ਇੰਟਰਨੈਟ ਬੰਦ ਕੀਤੇ ਹੋਏ ਆ ਬੱਚਿਆਂ ਦੀਆਂ ਵੀ ਪੜ੍ਹਾਈਆਂ ਖਰਾਬ ਹੁੰਦੀਆਂ ਨੈਟਾਂ ਤੇ ਸਭ ਕੰਮ ਚੱਲਦੇ ਵੀਰੇ ਨੈਟ ਵੀ ਖੁੱਲਣੇ ਚਾਹੀਦੇ ਆ ਤੇ ਸਾਡੇ ਹੱਕ ਵੀ ਸਾਨੂੰ ਮਿਲਣੇ ਚਾਹੀਦੇ ਆ ਬਾਰਡਰ ਤਾਂ ਅਸੀਂ ਚੱਕ ਦਾਂਗੇ ਅਸੀਂ ਨਹੀਂ ਡਰਦੇ ਹੈਗੇ ਸਾਰੇ ਕਿਸਾਨ ਮਜ਼ਦੂਰ ਏਕਤਾ ਸਾਡੇ ਨਾਲ ਹੈ ਨਹੀਂ ਸਾਰੀਆਂ ਹੀ ਕਮੀਆਂ ਨੇ ਵੀਰੇ ਸਾਡੀ ਤਾਂ ਕੋਈ ਵੀ ਮੰਗ ਪੂਰੀ ਨਹੀਂ ਹੋ ਰਹੀ ਸੱਚ ਨਾਲ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਜਿੰਨਾ ਚਿਰ ਲਿਖਤੀ ਰੂਪ ਚ ਨਹੀਂ ਦਿੰਦੇ ਹੈਗੇ ਮੰਗਾਂ ਹਾਂਜੀ ਉਹ ਵੀ ਸਾਨੂੰ ਸਾਰੀਆਂ ਮੰਗਾਂ ਆਪਦੀਆਂ ਪੂਰੀਆਂ ਚਾਹੀਦੀਆਂ ਮੰਨੀਆਂ ਹੋਈਆਂ ਮੰਗਾਂ ਹਾਂਜੀ ਵੀਰੇ ਸਭ ਜਾਵਾਂਗੇ ਅਸੀਂ ਪੰਜਾਬ ਨਾਲ ਮਿਲੇ ਹੋਏ ਆ ਸਭ ਜਾਵਾਂਗੇ ਇਕੱਠੇ ਹੋ ਕੇ ਬੱਚੇ ਵੀ ਜਾਣਗੇ ਸਾਡੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਵੀਰੇ ਚਾਹੇ ਸਾਡੇ ਤੇ ਗੋਲੀਆਂ ਚੱਲਣ ਚਾਹੇ ਆਸੂ ਗੈਸ ਦੇ ਗੋਲੇ ਡਿੱਗਣ ਚਾਹੇ ਕੁਝ ਚੱਲੇ ਵੀਰੇ ਅਸੀਂ ਹੋਰ ਮੀਟਿੰਗ ਦੀ ਝਾਕ ਹੀ ਨਹੀਂ ਕਰਨੀ ਇਦੋਂ ਬਾਅਦ ਬਸ ਸਾਡੀ 21 ਲਾਸਟ ਹੀ ਹੈ ਇੱਕ ਅਸੀਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਬਾਰਡਰ ਇੱਥੇ ਸਟਰੋਂਗ ਕੀਤਾ ਨਾ ਇੰਨਾ ਇੱਥੇ ਫੋਰਸ ਲਾਈ ਹੋਈ ਆ ਉਹ ਚੀਨ ਵਾਲੇ ਬਾਰਡਰ ਤੇ ਲਾ ਲੇ ਜਾ ਕੇ
ਉਹ ਭਾਰਤ ਤੇ ਕਬਜ਼ਾ ਕਰਦਾ ਤੁਰਿਆ ਆਉਂਦਾ ਚੀਨ, ਇਹ ਸਾਰਾ ਜ਼ੋਰ ਸੈਂਟਰ ਸਰਕਾਰ ਉੱਥੇ ਲਾਵੇ। ਇਹ ਤਾਂ ਕਿਸਾਨ, ਪੰਜਾਬ ਦੇ ਗਰੀਬ ਕਿਸਾਨ ਨੇ, ਇਹ ਤਾਂ ਜਿਹੜਾ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਵਾਸਤੇ ਸੜਕਾਂ ਤੇ ਬੈਠੇ ਆ। ਸਾਥੋਂ ਕਾਹਦਾ ਡਰ ਲੱਗਦਾ ਸੈਂਟਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ? ਉਹ ਚੀਨ ਵਾਲੇ ਪਾਸੇ ਧਿਆਨ ਦੇਵੇ।